ਲਓ ਜੀ ਅਸਲਾਮ ਵਾਲੇਕੁਮ ਜਨਾਬ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਦੁਆਗੂ ਹਾਂ ਸਭ ਦੋਸਤਾਂ ਵਾਸਤੇ, ਜਿੱਥੇ ਜਿੱਥੇ ਵੀ ਆਬਾਦ ਨੇ ਮੇਰੇ ਦੋਸਤ, ਬੈਰੂਨੀ ਮੁਲਕ ਦੇ ਅੰਦਰ ਆਬਾਦ ਨੇ, ਸਭ ਵਾਸਤੇ ਦੁਆ ਕਰਨਾ ਕਿ ਅੱਲਾਹ ਪਾਕ ਤੁਹਾਨੂੰ ਆਪਣੇ ਆਪਣੇ ਘਰਾਂ 'ਚ ਆਬਾਦ ਖੁਸ਼ ਰੱਖੇ, ਤੰਦਰੁਸਤ ਜ਼ਿੰਦਗੀ ਅੱਲਾਹ ਪਾਕ ਤੁਹਾਨੂੰ ਦੇਵੇ। ਜ਼ਿਕਰ ਕਰਦੇ ਰਹੋ ਅੱਲਾਹ ਪਾਕ ਦਾ, ਅੱਲਾਹ ਨੂੰ ਯਾਦ ਕਰਦੇ ਰਹੋ। ਅਤੇ ਲਓ ਜਨਾਬ, ਇਹ ਘੋੜੀ ਤੁਹਾਨੂੰ ਦਿਖਾ ਰਿਹਾ ਜੇ, ਮੁਸ਼ਕੇ ਕਲਰ ਦੀ ਘੋੜੀ ਜੇ, ਅਤੇ ਹਰ ਚੀਜ਼ ਜਨਾਬ ਤੁਹਾਡੇ ਸਾਹਮਣੇ, ਕੋਈ ਚੀਜ਼ ਪੋਸ਼ੀਦਾ ਨਹੀਂ ਹੈ। ਸਾਹਿਬ ਨਜ਼ਰ ਜੇ, ਸਾਹਿਬ ਅਕਲ ਜੇ, ਸਾਹਿਬ ਸ਼ਊਰ ਜੇ, ਅਤੇ ਜਨਾਬ ਮੁਸ਼ਕੇ ਰੰਗ ਦੀ ਵਛੇਰੀ ਹੈ। ਅਤੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਵਛੇਰੀ ਘੋੜੀ ਦੇ ਨਾਲ ਵਛੇਰੀ, ਕੱਦ ਇਹਦਾ ਤਕਰੀਬਨ 62 ਇੰਚ ਕੱਦ ਹੈਗਾ ਜੀ। ਮੁਸ਼ਕੇ ਰੰਗ ਦੀ ਵਛੇਰੀ ਇਹ ਜਿਹੜੀ ਅੰਦਰ ਖਲੋਤੀ ਹੋਈ ਹੈ, ਇਹ ਨੁਕਰੇ ਲੱਗੀ ਹੋਈ ਹੈ, ਇਹ ਵਛੇਰੀ ਜੀ ਇਹਦੀ। ਇਹ ਵੈਸੇ ਜਿਹੜਾ ਨਾ ਛਾਵੇਂ ਖਲੋਤੀ ਹੋਈ ਹੈ, ਅਤੇ ਤੁਸੀਂ ਇਹ ਨਾ ਸਮਝੋ ਕਿ ਇਹ ਬਿਮਾਰ ਹੈ ਜਾਂ ਪਤਾ ਨਹੀਂ ਨੁਕਰੇ ਲੱਗੀ। ਖਾਂਦੀ ਪੀਂਦੀ ਹੈ, ਪੱਠੇ ਪੁੱਠੇ ਖਾਂਦੀ ਹੈ, ਸਾਹਮਣੇ ਤੁਹਾਡੇ ਕੁੰਡਲੀ 'ਚ ਪੱਠੇ ਪੁੱਠੇ ਵੀ ਪਾਇਆ ਹੋਇਆ ਨਾ। ਅਤੇ ਜਨਾਬ ਹਾਲੇ ਤਾਂ ਮਾਲਕਾਂ ਨੇ ਮੈਨੂੰ ਇਹ ਕਿਹਾ ਕਿ ਜਨਾਬ ਇਹ ਵੇਚਣੀ ਨਹੀਂ ਹੈ, ਲੇਕਿਨ ਕੋਈ ਅੱਛਾ ਗਾਹਕ ਲੱਗ ਗਿਆ ਅਤੇ ਅਸੀਂ ਜਨਾਬ ਇਹ ਵੇਚ ਵੀ ਦਿਆਂਗੇ। ਅਤੇ ਜਨਾਬ ਇਹ ਘੋੜੀ ਦੀ ਕੀਮਤ ਦਾ ਮੈਨੂੰ ਕੋਈ ਆਈਡੀਆ ਨਹੀਂ, ਮੈਨੂੰ ਉਹਨਾਂ ਨੇ ਨਹੀਂ ਦੱਸਿਆ। ਪਹਿਲੀ ਘੋੜੀ ਦਾ ਜਿਹੜੀ ਵੀਡੀਓ ਆਪਾਂ ਪਾਈ ਹੈ, ਉਹਦੇ ਵਿੱਚ ਵੀ ਉਹਨਾਂ ਨੇ ਕੀਮਤ ਮੈਨੂੰ ਦੱਸੀ ਸੀ, ਮੈਂ ਲੋਕਾਂ ਨੂੰ ਦੱਸ ਦਿੱਤੀ, ਸ਼ੇਅਰ ਕਰ ਦਿੱਤੀ। ਇਹ ਵੀ ਘੋੜੀ ਅੱਗੇ ਫਿਰ ਨੁਕਰੇ ਕੋਲੋਂ ਕਰਾਸ ਹੋਈ ਹੋਈ ਹੈ, ਜ਼ਿਲ੍ਹੇ ਸਿਆਲ ਕੋਲੋਂ ਉਹਨਾਂ ਨੇ ਕਿਹਾ ਜੀ ਇਹ ਘੋੜਾ ਅਸੀਂ ਕਰਾਸ ਕਰਾਈ ਹੋਈ ਹੈ, ਗੱਬ ਬਣੇ ਸੂਨ ਵਾਲੀ ਘੋੜੀ ਹੈ, ਔਰ ਪਹਿਲੀ ਵਛੇਰੀਆਂ ਦੇ ਨਾਲ ਹੈ। ਅਤੇ ਜਨਾਬ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਅਲੀ ਦਾ, 0311-4797-830। ਇਹ ਅਲੀ ਸ਼ੇਰ ਦਾ ਜਨਾਬ ਨੰਬਰ ਹੈਗਾ ਜੀ, ਲੜਕੇ ਦਾ, ਮੁੰਡੇ ਦਾ। ਅਤੇ ਦੁਬਾਰਾ ਫਿਰ ਨੰਬਰ ਤੁਹਾਡੇ ਨਾਲ ਸ਼ੇਅਰ ਕਰਨਾ, 0311-4797-830। ਇਹ ਜਨਾਬ ਨੰਬਰ ਹੈਗਾ ਜੀ। ਅਤੇ ਮੇਰੇ ਦੋਸਤੋ, ਅਗਰ ਕੋਈ ਵੀਡੀਓ ਬਣਵਾਉਣੀ ਹੋਵੇ ਆਪਣੀ ਘੋੜੀ ਦੀ, ਤਾਂ ਜਨਾਬ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੇ, ਔਰ ਮੇਰਾ ਨੰਬਰ ਲੈ ਲਵੋ, 0334-4125-962। ਇਹ ਮੇਰਾ ਨੰਬਰ ਹੈਗਾ ਜੇ। ਅਤੇ ਸਾਡੀ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ, ਮੇਰੇ ਚੈਨਲ ਨੂੰ ਜਨਾਬ ਸਬਸਕ੍ਰਾਈਬ ਕਰ ਦਿਓ ਜੇ। ਅਤੇ ਇਹ ਘੋੜੀ ਦੇਖ ਲਵੋ, ਉਹਨਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਵੇਖ ਲਵੋ ਕੀ ਮਾਇੰਡ ਹੈ ਉਹਨਾਂ ਦਾ। ਲੇਕਿਨ ਜਿਹੜਾ ਹੈਗਾ ਕੋਈ ਵੀ ਯਾਨੀ ਕਿ ਜਾਨਵਰ ਤੁਸੀਂ ਦੇਖੋ, ਮਾਸ਼ਾਅੱਲਾ ਹਰ ਚੀਜ਼ ਤੁਹਾਨੂੰ ਦਿਖਾ ਦਿੱਤੀ ਹੈ, ਸ਼ੌਕ ਨੂੰ ਵਧਾਉਂਦੇ ਰਹੋ, ਔਰ ਜਿਹੜਾ ਸਾਡੀ ਵੀਡੀਓ ਵੀ ਦੇਖਦੇ ਰਹੋ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕੋਈ ਵੀ ਮਸ਼ਵਰਾ ਕਰਨਾ ਹੋਵੇ, ਭਾਵੇਂ ਇਹ ਘੋੜੀ ਦੇ ਬਾਰੇ 'ਚ, ਭਾਵੇਂ ਕਿਸੇ ਵੀ ਘੋੜੀ ਦੇ ਬਾਰੇ ਦੇ ਵਿੱਚ, ਜਨਾਬ ਮੈਂ ਹਰ ਵਕਤ ਤੁਹਾਡੀ ਖਿਦਮਤ ਦੇ ਵਿੱਚ ਹੱਥ ਬੰਨ੍ਹ ਕੇ ਜਾ ਖੜਾ। ਇਹ ਜ਼ਿਆਦਾ ਚਾਹੁੰਦਾ ਜਨਾਬ ਇਹ ਪੂਰੀ ਵੀਡੀਓ ਵੇਖਿਆ ਜੇ। ਅੱਲਾਹ ਜਨਾਬ, ਇਹਨੂੰ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਇਹ ਵੀ ਕਰਨੀ ਸੀ ਕਿ ਵਪਾਰੀਆਂ ਨੂੰ ਕਾਫੀ ਦੋਸਤ ਜਿਹੜੇ ਵਟਸਐਪ ਦੇ ਉੱਤੇ ਰਾਬਤਾ ਕਰਦੇ ਨੇ, ਉਹਨਾਂ ਕੋਲੋਂ ਤਸਵੀਰਾਂ ਨਾ ਮੰਗਾਇਆ ਕਰੋ, ਜੇ ਅਗਰ ਉਹਨਾਂ ਕੋਲ
ਨਾ ਵੱਜ ਜਾਵੇ।